ਕਰਨਾ ਚਾਹਾਂ ਕਿ ਅੱਜ ਚੀਫ ਖਾਲਸਾ ਦੀਵਾਨ ਨੇ ਸਾਬਤ ਕਰਤਾ ਕਿ ਉਹ ਇਹ ਪੋਲੀਟੀਕਲ ਹੈ, ਇਹਦੇ ਵਿੱਚ ਕੋਈ ਪੋਲੀਟਿਕਸ ਇਨਵੋਲਵ ਨਹੀਂ। ਬਹੁਤ ਸਾਰੀਆਂ ਪਾਰਟੀਆਂ ਤਕਰੀਬਨ ਸਾਰੀਆਂ ਹੀ, ਬੀਜੇਪੀ, ਅਕਾਲੀ ਦਲ, ਕਾਂਗਰਸ, ਉਹਨਾਂ ਨੇ ਇੱਕ ਪਾਰਟੀ ਨੂੰ ਕੋਸ਼ਿਸ਼ ਕੀਤੀ ਸਪੋਰਟ ਕਰਨ ਦੀ, ਲੇਕਿਨ ਚੀਫ ਖਾਲਸਾ ਦੀਵਾਨ ਨੇ ਪੋਲੀਟਿਕਸ ਆਪਣੇ ਅੰਦਰ ਨਹੀਂ ਵੜਨ ਦਿੱਤੀ। ਮੈਂ ਐਮਫਸਾਈਜ਼ ਕਰਦਾ ਕਿ ਚੀਫ ਖਾਲਸਾ ਦੀਵਾਨ ਨੋਨ ਪੋਲੀਟੀਕਲ ਹੈ ਅਤੇ ਨੋਨ ਪੋਲੀਟੀਕਲ ਹੀ ਰਹੇਗੀ।